ਬਰਗਾੜੀ ਮੋਰਚੇ ਦੀ ਸਮਾਪਤੀ ਤੋਂ ਬਾਅਦ ਅੱਜ ਇੱਥੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪੰਥਕ ਸੰਗਠਨਾਂ ਨਾਲ ਅਰਦਾਸ ਕਰਨ ਪੁੱਜੇ ਸਰਬੱਤ ਖਾਲਸਾ ਵੱਲੋਂ ਥਾਪੇ ਗਏ ਮਤਵਾਦੀ ਜਥੇਦਾਰ ਧਿਆਨ ਸਿੰਘ ਮਨ ਦਾ ਕਹਿਣਾ ਹੈ ਕਿ ਬਰਗਾੜੀ ਮੋਰਚੇ ਨੇ ਪੰਜਾਬ ਹੀ ਨਹੀਂ ਪੂਰੀ ਦੁਨੀਆ ਵਿੱਚ ਜਿੱਤ ਦੀ ਵੱਡੀ ਮਿਸਾਲ ਪੇਸ਼ ਕੀਤੀ ਹੈ। ਉਹਨਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਪੰਜਾਬ ਇੱਕ ਅਜਿਹਾ ਰਾਜ ਹੋਵੇਗਾ ਜਿਸ ਵਿੱਚ ਹਰ ਵਿਅਕਤੀ ਆਪਣੇ ਆਪ ਨੂੰ ਸੁਖੀ ਸਮਝੇਗਾ। ਬਰਗਾੜੀ ਮੋਰਚੇ ਦਾ ਪਹਿਲਾ ਪੜਾਅ ਦੀ ਸਮਾਪਤੀ ਤੋਂ ਬਾਅਦ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ, ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਅੱਜ ਸਮੂਹ ਸੰਗਤਾਂ ਦੇ ਨਾਲ ਅਸੀਂ ਆਪਣੀ ਸ਼ਰਧਾ ਭੇਟ ਕਰਨ ਵਾਸਤੇ ਆਏ ਹਾਂ, ਮੱਥਾ ਟੇਕਣ ਵਾਸਤੇ ਆਏ ਹਾਂ, ਅਰਦਾਸ ਕਰਨ ਵਾਸਤੇ ਆਏ ਹਾਂ, ਇੱਥੋਂ ਸ਼ਕਤੀ ਲੈਣ ਵਾਸਤੇ ਆਏ ਹਾਂ। ਜਦੋਂ ਅਸੀਂ ਬਰਗਾੜੀ ਮੋਰਚਾ ਲਾਇਆ ਸੀ ਉਦੋਂ ਵੀ ਅਸੀਂ ਅਰਦਾਸ ਕੀਤੀ ਸੀ ਅਤੇ ਅੱਜ ਵੀ ਬੜੀ ਸਫਲਤਾ ਦੇ ਨਾਲ ਅਸੀਂ ਅਰਦਾਸ ਕਰਕੇ ਆਪਣੀ ਭਾਵਨਾ ਪ੍ਰਗਟ ਕਰਕੇ ਅਤੇ ਆਏ ਹਾਂ। ਸੋ ਮੈਂ ਸ੍ਰੀ ਅਕਾਲ ਤਖਤ ਸਾਹਿਬ ਦਾ ਕਾਰਜਕਾਰੀ ਜਥੇਦਾਰ ਹੋਣ ਦੇ ਨਾਤੇ ਮੈਂ ਧਰਮ ਅਤੇ ਸਿਆਸਤ ਦੋਵਾਂ ਦੀ ਰਹਿਨਮਾਈ ਕਰਦਾ। ਗੁਰੂ ਦਾ ਜਿਹੜਾ ਸਿਧਾਂਤ ਹੈ ਉਸ ਦੇ ਮੁਤਾਬਕ ਕੌਮ ਨੂੰ ਯੋਗ ਅਗਵਾਈ ਸਮੇਂ ਸਮੇਂ ਦੇਣ ਦਾ ਮੇਰਾ ਫਰਜ਼ ਹੈ। ਅੱਜ ਤੁਹਾਨੂੰ ਪਤਾ ਹੈ ਕਿ ਧਰਮ ਅਤੇ ਸਿਆਸਤ ਦੋਵੇਂ ਖਤਰੇ ਦੇ ਵਿੱਚ ਨੇ। ਅੱਜ ਜਿੱਥੇ ਧਰਮ ਨੂੰ ਬਚਾਉਣ ਦੀ ਲੋੜ ਹੈ ਉੱਥੇ ਸਿਆਸਤ ਨੂੰ ਵੀ ਬਚਾਉਣ ਦੀ ਲੋੜ ਹੈ। ਮੀਰੀ ਅਤੇ ਪੀਰੀ ਦੀ ਅੱਜ ਗੱਲ ਕਰਨ ਦੀ ਲੋੜ ਹੈ। ਸੋ ਬਰਗਾੜੀ ਮੋਰਚਾ ਜਿਹੜੇ ਪਿਛਲੇ ਸਮੇਂ ਦੇ ਦੌਰਾਨ 2015 1 ਜੂਨ 2015 ਤੋਂ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਬੇਅਦਬੀ ਹੋਈ, ਬਰਗਾੜੀ ਦੇ ਵਿੱਚ ਗੁਰੂ ਦੇ ਅੰਗ ਖਿਲਾਰੇ ਗਏ, ਬਹਿਬਲ ਕਲਾਂ ਦੇ ਵਿੱਚ ਸਿੰਘ ਸ਼ਹੀਦ ਹੋਏ ਔਰ ਬੰਦੀ ਸਿੰਘਾਂ ਦੀ ਰਿਹਾਈ ਨੂੰ ਮੁੱਖ ਰੱਖ ਕੇ ਸ਼ਾਂਤਮਈ ਪੁਰ ਅਮਨ ਪੂਰੀ ਪੀਸ ਦੇ ਨਾਲ ਉਹ ਮੋਰਚਾ ਆਪਣੀਆਂ ਹੱਕੀ ਮੰਗਾਂ ਨੂੰ ਮੁੱਖ ਰੱਖ ਕੇ ਲੱਗਾ ਔਰ 6 ਮਹੀਨੇ ਤੋਂ ਵੱਧ ਸਮਾਂ ਉਹ ਮੋਰਚਾ ਚੱਲਿਆ। ਉਸ ਮੋਰਚੇ ਦੇ ਵਿੱਚ ਪੰਜਾਬ ਦੇ ਸਿੱਖ ਧਰਮ ਨੂੰ ਛੱਡ ਕੇ ਦੂਸਰੇ ਧਰਮਾਂ ਦੇ ਲੋਕ ਕਾਫਲਿਆਂ ਦੇ ਰੂਪ ਦੇ ਵਿੱਚ ਆਏ ਔਰ ਲੱਖਾਂ ਦੀ ਗਿਣਤੀ ਦੇ ਵਿੱਚ ਇਸ ਮੋਰਚੇ ਦੇ ਵਿੱਚ ਲੋਕਾਂ ਨੇ, ਸੰਗਤਾਂ ਨੇ ਹਾਜ਼ਰੀ ਭਰੀ। ਬੜੀ ਜ਼ੋਰ ਦੇ ਨਾਲ ਸ਼ਾਂਤਮਈ ਰਹਿ ਕੇ ਸਰਕਾਰ ਦੇ ਕੋਲੋਂ ਮੰਗ ਕੀਤੀ, ਸਰਕਾਰ ਦੇ ਉੱਤੇ ਪ੍ਰੈਸ਼ਰ ਬਣਾਇਆ ਔਰ ਜਿਸ ਦਾ ਸਦਕਾ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਬੇਅਦਬੀ ਹੋਈ ਸੀ ਉਹ ਉਸ ਦੇ ਜਿਹੜੇ ਦੋਸ਼ੀ ਸੀ ਉਹ ਕਟਹਿਰੇ ਦੇ ਵਿੱਚ ਆ ਗਏ, ਉਹ ਫੜੇ ਗਏ। ਅੱਜ ਅਸੀਂ ਕਹਿ ਸਕਦੇ ਹਾਂ ਕਿ ਗੁਰੂ ਗ੍ਰੰਥ ਸਾਹਿਬ ਦੀ ਜਿਨ੍ਹਾਂ ਨੇ ਬੇਅਦਬੀ ਕੀਤੀ ਸੀ ਉਹ ਦੋਸ਼ੀ ਅੱਜ ਫੜੇ ਜਾ ਚੁੱਕੇ ਹਨ।